सत श्री अकाल जी, तुसी देख रहे हो लोक मसले चैनल। मैं थोड़े नाल हरविंदर सिंह, तुसी देख रहे हो पिंड सहेड़ी तो छोटे साहबजादा ते माता गुजर याद दे विच जो है नगर कीर्तन सहेड़ी दियां संगतां दे वल्लों जां इलाका निवासी दियां संगतां वल्लों जो सजाया गया है, यह सहेड़ी तो पैदल फतेहगढ़ साहब तक जाएगा। तो किस तरह जो तुसी देख सकते हो संगतां दा भारी इकट्ठ शब्द कीर्तन दा गायन करता होया साहबजादियां दी याद विच है जो ਵੱਲੋਂ ਪੈਦਲ ਮਾਰਚ ਕਰ ਰਿਹਾ ਹੈ। ਦੇਖ ਸਕਦੇ ਹੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਜੋ ਸੰਗਤਾਂ ਹਨ ਸ਼ਬਦ ਕੀਰਤਨ ਦਾ ਜੋ ਜਾਪ ਕਰ ਰਹੀਆਂ ਹਨ ਲਗਾਤਾਰ। ਦੇਖ ਸਕਦੇ ਹੋ ਲੋਕ ਮਸਲੇ ਚੈਨਲ ਤੋਂ ਸਿੱਧੀਆਂ ਤਸਵੀਰਾਂ। ਅੱਜ ਮੈਂ ਕਿੰਨੀਆਂ ਪਾਗਾਂ ਵਾਲਿਓ, ਜੇ ਸਾਡੇ ਦਿਲ ਦੇ ਵਿੱਚ ਪ੍ਰੇਮ ਹੈ ਨਾ, ਸਤਿਗੁਰੂ ਵੀ ਕਹਿੰਦੇ ਕਿ ਤੁਹਾਡਾ ਪਿਆਰ ਸੱਚਾ ਹੋਣਾ ਚਾਹੀਦਾ, ਜਿਨ ਪ੍ਰੇਮ ਕੀਓ ਦਿਨ ਹੀ ਪ੍ਰਭ ਪਾਇਓ। ਅੱਜ ਜੇ ਕਲਗੀਆਂ ਵਾਲੇ ਪਾਤਸ਼ਾਹ ਦੀਆਂ ਦੇ ਦੀਦਾਰ ਕਰਨੇ ਨੇ, ਅੱਜ ਇਹਨਾਂ ਪੰਡਾ ਸਿੱਖਾਂ ਦੇ ਵਿੱਚੋਂ ਮੇਰੇ ਕਲਗੀਆਂ ਵਾਲੇ ਦੇ ਦੀਦਾਰ ਤੇ ਪਿਆਰਿਓ ਸਤਿਗੁਰੂ ਜੀਆਂ ਦਾ ਸਰੂਪ ਆ ਰਿਹਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਸਮੂਹ ਸਾਧ ਸੰਗਤ ਨੂੰ ਤੇ ਅੱਜ ਦਾ ਜੋ ਤੁਸੀਂ ਨਗਰ ਕੀਰਤਨ ਦੇ ਦਰਸ਼ਨ ਕਰ ਰਹੇ ਆ, ਇਹ ਤਾਂ ਤਨ ਮਾਤਾ ਗੁਜਰ ਕੌਰ ਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇਆ ਕੱਢਿਆ ਗਿਆ। ਪਿੰਡ ਸਹੇੜੀ ਗੰਗੂ ਬ੍ਰਾਹਮਣ ਦਾ ਜੋ ਪਿੰਡ ਸੀ ਉੱਥੋਂ ਸ਼ੁਰੂ ਕੀਤਾ ਹੋਇਆ ਤੇ ਇਹ ਪੈਦਲ ਯਾਤਰਾ ਕਰਦਾ ਹੋਇਆ ਫਤਿਹਗੜ੍ਹ ਸਾਹਿਬ ਜਾ ਕੇ ਤੜਕੇ 4 ਵਜੇ ਸੰਪੂਰਨ ਹੋਵੇਗਾ ਜੀ ਅਰਦਾਸ ਨਾਲ। ਤੇ ਨਾਲ ਦੀ ਨਾਲ ਪਾਲਕੀ ਸਾਹਿਬ ਪਿੱਛੇ ਆਪਣੇ ਰੱਥ ਸਾਹਿਬ ਹੈ ਜੀ ਬੌਲਦਾਂ ਨਾਲ, ਜਿੱਦਾਂ ਉਹਨਾਂ ਸਮਿਆਂ 'ਚ ਬੌਲਦਾਂ ਦੇ ਨਾਲ ਜਾਂਦੇ ਹੁੰਦੇ ਸੀ, ਮੁੱਖ ਸਾਧਨ ਆਪਣੇ ਜਾਣ ਆਉਣ ਦਾ ਬੌਲਦੇ ਸੀਗੇ। ਤੇ ਉੱਦਾਂ ਹੀ ਆਪਣਾ ਉੱਦਾਂ ਦੀ ਯਾਦ ਤਾਜ਼ਾ ਕਰਦੇ ਹੋਏ ਸਾਰੀ ਸੰਗਤ ਅੱਜ ਨਾਲ ਦੀ ਨਾਲ ਨਗਰ ਕੀਰਤਨ ਸਾਹਿਬ ਦੇ ਨਾਲ ਯਾਦ ਤਾਜ਼ਾ ਕਰਦੇ ਹੋਏ ਜਾ ਰਹੇ ਹਾਂ। ਗੁਰਬਾਣੀ ਚੱਲਦੀ ਹੈ, ਕੀਰਤਨ ਚੱਲ ਰਹੇ ਹੈ, ਲੰਗਰ ਚੱਲ ਰਹੇ ਹੈ ਸਾਰੇ। ਤੇ ਸਮੂਹ ਸਾਧ ਸੰਗਤ ਬਹੁਤ ਜ਼ਿਆਦਾ ਉਹਨਾਂ ਦੀ ਯਾਦ ਨੂੰ ਕੋਟ ਕੋਟ ਪ੍ਰਣਾਮ ਕਰਦੀ ਹੈ। ਤੇ ਤੁਸੀਂ ਦੇਖ ਸਕਦੇ ਆ ਵੀ ਕਿੰਨਾ ਜ਼ਿਆਦਾ ਰਾਸ਼ ਹੈ ਇਸ ਨਗਰ ਕੀਰਤਨ ਦਾ। ਹੁਣ ਇਹ ਘੁੰਮ ਇੱਥੋਂ ਸਹੇੜੀ ਤੋਂ ਸ਼ੁਰੂ ਹੋ ਕੇ ਮਰਿੰਟੇ ਹੁੰਦਾ ਹੋਇਆ ਨਗਾਮੇ ਬਸੀ ਤੇ ਫਤਿਹਗੜ੍ਹ ਸਾਹਿਬ ਜਾ ਕੇ ਜੋਤੀ ਸਰੂਪ ਕੋ ਜਾ ਕੇ ਸੰਪੂਰਨ ਹੋਵੇਗਾ ਜੀ। ਤੇ ਜੋ ਰਸਤੇ 'ਚ ਸੰਗਤਾਂ ਹੁੰਦੀਆਂ ਉਹਨਾਂ ਵੱਲੋਂ ਵੀ ਬਹੁਤ ਜ਼ਿਆਦਾ ਮਤਲਬ ਕਿ ਲੰਗਰ ਲਾਏ ਜਾਂਦੇ ਆ, ਥਾਂ ਥਾਂ ਸਵਾਗਤ ਕੀਤਾ ਜਾਂਦਾ ਨਗਰ ਕੀਰਤਨ ਸਾਹਿਬ ਦਾ। ਤੇ ਇਹ ਜੋ ਦਿਨ ਹੈ ਆਪਣੇ ਸਿੱਖੀ ਧਰਮ ਦੇ ਵਿੱਚ ਬਹੁਤ ਜ਼ਿਆਦਾ ਮਹੱਤਤਾ ਰੱਖਦੇ ਆ। ਇਹਨਾਂ ਦਿਨਾਂ ਵਿੱਚ 13 ਤਰੀਕ ਤੋਂ ਸ਼ੁਰੂ ਹੋ ਕੇ 27 ਤਰੀਕ ਤੱਕ ਸਭਾ ਚੱਲਦੀ ਆ ਜੀ, ਸ਼ੋਕ ਸਭਾ ਹੁੰਦੀ ਆ ਸਭੇ ਸਾਹਿਬਜ਼ਾਦਿਆਂ ਦੀ। ਤੇ ਇਹ ਦਿਨ ਬਹੁਤ ਜ਼ਿਆਦਾ ਮਹੱਤਤਾ ਰੱਖਦੇ ਆ ਆਪਣੇ ਸਿੱਖ ਧਰਮ ਦੇ ਵਿੱਚ। ਸਮੂਹ ਸਾਧ ਸੰਗਤ ਸਾਹਿਬਜ਼ਾਦੇ ਧੰਨ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਨੇ ਸਾਰਾ ਹੀ ਪਰਿਵਾਰ ਆਪਣੀ ਸਿੱਖ ਕੌਮ ਦੇ ਉੱਤੋਂ ਦੀ ਵਾਰਤਾ ਤੇ ਉਹਨਾਂ ਦੀ ਯਾਦ ਤਾਜ਼ਾ ਕਰਦੇ ਹੋਏ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ। ਤੇ ਨਾਲ ਦੀ ਨਾਲ ਤੁਸੀਂ ਦਰਸ਼ਨ ਕਰਦੇ ਰਹੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ
छोटे साहबजादे अते माता गुजर कौर उन्हां दी शहादत नूं कोट कोट प्रणाम ते अज एक महान नगर कीर्तन जो कि गुरुद्वारा राज साहब तो फतेहगढ़ साहब वाल जा रहा है ते उत्थे अज मैं देख रहा कि जगह जगह लंगर लगे हुए ने ते बहुत सारी सारे इलाके की संगत इत्थे नगर कीर्तन ते दर्शन करने लिए पहुँच रही है ते एक बहुत वधिया गल है कि अज सारे ही लंगर बहुत सादगी नाल लगाए गए चाह का लंगर दुध का लंगर बिस्कुटा का खीर का लंगर ते होर बहुत सारे लंगर लगाए गए ते सारी ही संगत जो अज नमन करन आ रही है उन्हां सारयां दा इत्थे पहुँचण ते बहुत बहुत धन्नवाद। बस एक जो प्रशासन वल्लों जिद्दां तैयारी चाहीदी सीगी सड़कां दा हाल ढाई तीन महीने तो बहुत बुरे हाल ने यह चाहीदा सीगा प्रशासन नूं कि एक वधिया प्रबंध उह कर दे क्योंकि काफ़ी परेशानियां दा सामना करना पै रहा लोकां नूं। एक बार फिर मैं सारी संगत का बहुत बहुत धन्यवाद करदा ते छोटे साहबजादे बाबा जोरावर सिंह बाबा फतेह सिंह अते माता गुजर कौर नूं कोटम कोट प्रणाम उन्हां दी शहीदी नूं। वाहिगुरू जी का खालसा वाहिगुरू जी की फतेह। सारे ही पंजाब ते देश विदेश विच वसदे सिखां नूं ते होर सारे धर्मां दे जिन्ने भी बछिंदे इस दुनिया विच रहिंदे आ उहनां नूं मैं दसणा चाहुंदा वी इह जो दिन चल रहे आ इह उह सलासानी शहादत दे दिन चल रहे आ जदों इक पिता ने अपना सरबंस वार दित्ता एक सिर्फ अपने धर्म लई नहीं अपनी जात लई नहीं पूरे समाज लई पूरे धर्मां लई पूरे देश लई पूरी कौम लई अपना सरबंस वार दित्ता ते साडी साडा भी यही फर्ज बनता भी असी उन्हां दे पाए पूरनिया ते चल सकीए ते जिन्ने भी चंगे काम सानू बाणी ने दसे है असी उन्हां ते अपना जीवन जो है वह निर्वाह कर सकीए ते अज तुसी देख रहे हैं इस टाइम 25 तरीक ते हरेक साल इन्हां दिनां विच गुरुद्वारा रथ साहब सहेड़ी तो अपने नगर कीर्तन जांदा फतेहगढ़ साहब लई ते संगत विच इस बार भारी उत्साह है। मैं नहीं देखिया कदे जिन्नी इस बार लखां दी गिणती विच संगत पहुँची हुई है ते मैं परमात्मा अगे ते वाहिगुरू अगे ही अरदास करदा कि सारी दुनिया नूं समत बख्शे हरेक बंदा हरेक धर्म का सत्कार करे ते जो भी इस टाइम पंजाब विच माहौल बिगाड़न वालियां शक्तियां उन्हां नूं परमात्मा अपनी बुद्धि चंगी बुद्धि बख्शे इन्हां के बेनती है। वाहिगुरू जी का खालसा वाहिगुरू जी की फतेह।
किसी कवि ने लिखा है, सदियों नरकस अपनी बेनूरी पे रोती है, बड़ी मुश्किल से होता है चमन में निरावर पैदा। इदा दिया बाखिया रूहां संसार के उपर पुत्रा वाले जगत का पुत मेवा अपने भी पुत्र महापुरुष दस रहे सी। देख लो कि अपने बच्चे केस कटा के किमें गुरु तो बिना वाहिगुरु जी का खालसा वाहिगुरु जी की फतेह। सूरा सो पहचानिया जो लड़े दीन के हित, पुरजा पुरजा कट मेरे कबू न छाडे खेत। 25, 26, 27 दिसंबर 11, 12, 13 पो गुरु बाजां वाले का परिवार विछड़ गया है। उन्हां दी याद में शहीदी समागम दे संबंध में हर साल की तरह 25 दिसंबर नगर कीर्तन जो सहेड़ी तो चलता है वो इतने गुरद्वारा शहीद गंज साहब के सामने पहुँचने वाला है। बहुत संगत दर्शन करके अपना जीवन सफला कर रही ने। सानू ये शहीद सिंह महान कुरबानियां दे के एक उपदेश दे के गए ने कि सानू बाणी बाणी के नाल जुड़ना चाहिए तो गुरु की मत के नाल जुड़ना चाहिए। तो इस तरह असी उन्होंने सच्ची श्रद्धांजलियां दे के अपना जीवन सफला कर सकते हैं। पिछले सालों नालों इस बारी नगर कीर्तन दे बहुत सुधार किया गया, डीजे भी बंद किए गए ने, होर भी जिहड़ी हुल्लड़बाजी हुंदी सी ओह भी मैनूं देखण विच आई है भी नहीं हो रही। वधिया मर्यादा दे नाल नगर कीर्तन चल रहा जी। समूह संगतों नूं बेनती है कि वाहिगुरू का सिमरन ते मूल मंत्र का जाप करते जाओ ते उन्हां शहीदां नूं यही सच्ची श्रद्धांजलि है। वाहिगुरू जी का खालसा वाहिगुरू जी की फतेह। ਸਰਬ ਲਈ ਜੇ ਬਲੋਵੇਂ ਪਰ ਸਿਰ ਦਾਏ ਉਹਨਾਂ ਤੋਂ ਜਿਹੜੇ ਸਰਬ ਲਈ ਜੇ ਬਲੋਵੇਂ ਪਰ ਸਿਰ ਦਾਏ ਉਹਨਾਂ ਤੋਂ ਸਰ ਸਿਰ ਦਾਏ ਉਹਨਾਂ ਨੂੰ ਜਿਹੜੇ ਧਰਮ ਕਹਿੰਦੇ ਉਹਨਾਂ ਨੂੰ ਸਜਦਾ ਕਰ ਸੀਸ ਝੁਕਾ। ਆ ਕਿੰਨੀਆਂ ਸੰਗਤਾਂ ਮੱਥਾ ਟੇਕ ਰਹੀਆਂ, ਧਰਤੀ ਨੂੰ ਮੱਥਾ ਟੇਕਦੇ ਨੇ ਲੋਕ। ਮਹਾਂਪੁਰਸ਼ ਦੱਸਦੇ ਸੀ ਨਾ ਵੀ ਧਰਤੀ ਵੀ ਕਰਮਾਂ ਵਾਲੀ ਹੈ ਜਿੱਥੇ ਚਰਨ ਪਾਏ ਨੇ। ਆ ਰਸਤੇ ਦੇ ਉੱਪਰ ਦੀ ਸਾਧ ਸੰਗਤ ਆਪਾਂ ਜਾ ਰਹੇ ਹਾਂ,
ਇਉਂ ਲੱਗਦਾ ਵੀ ਉਹੀ ਸਮਾਂ ਸੀਨ ਬਣਿਆ ਪਿਆ ਜਿਵੇਂ ਸਾਹਿਬਜ਼ਾਦੇ ਜਾਂਦੇ ਹੋਣਗੇ। ਗੱਡੀ ਤੇ ਬੈਠ ਕੇ, ਰੱਥ ਗੱਡੀ ਹੈ ਉਹਦੇ ਉੱਪਰ ਬੈਠ ਕੇ ਸਾਹਿਬਜ਼ਾਦੇ ਜਾਂਦੇ ਹੋਣਗੇ ਤੇ ਆਏ ਸੰਗਤ ਤੁਰੀ ਜਾਂਦੀ ਹੈ ਵੀ ਸੱਚੀ ਉਹੀ ਸੀਨ ਲੱਗਦਾ, ਉਦਾਂ ਹੀ ਮਹਿਸੂਸ ਹੁੰਦਾ ਵੀ ਉਹੀ ਸਮਾਂ। ਪਰ ਫਾਇਦਾ ਪਤਾ ਕਦੋਂ ਹੈ, ਜਿਵੇਂ ਮਹਾਂਪੁਰਸ਼ ਬਚਨ ਕਰਦੇ ਸੀ, ਜੇ ਆਪਾਂ ਕੋਈ ਆਪਣੇ ਮਨ ਦੇ ਵਿੱਚ ਵਿਚਾਰ ਕਰੀਏ ਵੀ ਗੁਰੂ ਸਾਹਿਬ ਨੇ ਕਿਵੇਂ ਕੁਰਬਾਨੀਆਂ ਕੀਤੀਆਂ, ਕਿਵੇਂ ਸਮਾਂ ਗੁਰੂ ਸਾਹਿਬ ਤੇ ਲੰਘਿਆ। ਕਿਸੇ ਕਵੀ ਨੇ ਲਿਖਿਆ, ਡੁੱਬਦੇ ਦੇਸ਼ ਦਾ ਜਦੋਂ ਸਹਾਰਾ ਕੋਈ ਨਾ, ਪਿਤਾ ਵਿੱਚ ਦਿੱਲੀ ਦੇ ਵਾਰਿਆ ਮੈਂ, ਮਾਤਾ ਗੁਜਰੀ ਵਿੱਚ ਸਰਹੰਦ ਗੁਜਰੀ, ਸਮਾਂ ਗੁਜਰਿਆ ਜਿਵੇਂ ਗੁਜ਼ਾਰਿਆ ਮੈਂ। ਚਾਰ ਲਾਲ ਦਿੱਤੇ ਪਰਮਾਤਮਾ ਨੇ ਜੋੜਾ ਜੋੜਾ ਕਰਕੇ, ਉਹ ਵੀ ਵਾਰਿਆ ਮੈਂ। ਸਿੰਘੋ ਸ਼ਹਿਨ ਸ਼ਾਹ ਮੈਨੂੰ ਮੱਤ ਆਖੋ, ਕਿਸਤਾਂ ਨਾਲ ਤੇ ਕਰਜ ਉਤਾਰਿਆ। ਗੁਰੂ ਸਾਹਿਬ ਨੇ ਸਭ ਕੁਝ ਪੰਥ ਦੇ ਉੱਪਰ ਦੀ, ਸਿੱਖ ਕੌਮ ਦੇ ਉੱਪਰ ਦੀ ਕੁਰਬਾਨ ਕਰ ਦਿੱਤਾ। ਅੱਜ ਸਾਡੇ ਮਨ ਦੇ ਵਿੱਚ ਪਿਆਰਿਓ, ਜਿੱਥੇ ਆਪਾਂ ਸਾਰਾ ਸੀਨ ਤੱਕ ਰਹੇ ਹਾਂ ਨਾ, ਉੱਥੇ ਮਨ ਦੇ ਵਿੱਚ ਪੜ੍ਹਦੇ ਜਾਣਾ ਚਾਹੀਦਾ। ਤੈਨੂੰ ਐਵੇਂ ਨਾ ਮਿਲੀ ਐ ਸਰਦਾਰੀ, ਸਾਂਭ ਸਾਂਭ ਰੱਖੀ ਖਾਲਸਾ, ਤੈਨੂੰ ਐਵੇਂ ਨਾ ਮਿਲੀ ਐ ਸਰਦਾਰੀ, ਸਾਂਭ ਸਾਂਭ ਰੱਖੀ ਖਾਲਸਾ, ਤੈਨੂੰ ਐਵੇਂ ਨਾ ਮਿਲੀ ਐ ਸਰਦਾਰੀ, ਸਾਂਭ ਸਾਂਭ ਰੱਖੀ ਖਾਲਸਾ, ਤੈਨੂੰ ਐਵੇਂ ਨਾ ਮਿਲੀ ਐ ਸਰਦਾਰੀ, ਸਾਂਭ ਸਾਂਭ ਰੱਖੀ ਖਾਲਸਾ, ਤੈਨੂੰ ਸਾਮ ਕੁਝ ਮਾਰ ਕੇ ਮਿਲੀਏ ਸਰਦਾਰੀ, ਸਾਮ ਸਾਮ ਰੱਖੀ ਖਾਲਸਾ, ਸਾਮ ਕੁਝ ਮਾਰ ਕੇ ਮਿਲੀਏ ਸਰਦਾਰੀ, ਸਾਮ ਸਾਮ ਰੱਖੀ। ਤੁਸੀਂ ਦੇਖ ਰਹੇ ਹੋ ਸੰਗਤਾਂ ਦੇ ਵਿੱਚ ਨਗਰ ਕੀਰਤਨ ਨੂੰ ਲੈ ਕੇ ਕਿੰਨਾ ਉਤਸ਼ਾਹ ਹੈ, ਆਉਣ ਜਾਣ ਵਾਲੀਆਂ ਸੰਗਤਾਂ ਦੇ ਲਈ ਹੈ। ਜੋ ਗੰਨੇ ਦੇ ਰਸ ਦਾ ਲੰਗਰ ਪਿੰਡ ਸਹੇੜੀ ਦੀ ਜੋ ਸੰਗਤ ਹੈ ਉਸਦੇ ਵੱਲੋਂ ਪਿਲਾਇਆ ਜਾ ਰਿਹਾ ਹੈ ਸੰਗਤਾਂ ਨੂੰ, ਜੋ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਹਨ। ਇਹ ਪਿੰਡ ਸਹੇੜੀ ਜੋ ਕਿ ਗੰਗੂ ਬਾਮਨ ਦਾ ਪਿੰਡ ਸੀ, ਉੱਥੋਂ ਤੋਂ ਇਹ ਨਗਰ ਕੀਰਤਨ ਜੋ ਹੈ ਰਵਾਨਾ ਹੁੰਦਾ ਹੋਇਆ ਇਹ ਫਤਿਹਗੜ੍ਹ ਸਾਹਿਬ ਦੀ ਧਰਤੀ ਤੱਕ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਵਿਖੇ ਸਮਾਪਤ ਹੋਵੇਗਾ ਸਵੇਰ ਦੇ 4 ਵਜੇ ਦੇ ਲਗਭਗ। ਇਸੇ ਦੇ ਦੌਰਾਨ ਜੋ ਰਸਤੇ ਦੇ ਵਿੱਚ ਅਲੱਗ ਅਲੱਗ ਸੰਗਤਾਂ ਦੇ ਵੱਲੋਂ ਇਸ ਨਗਰ ਕੀਰਤਨ ਦਾ ਸਵਾਗਤ ਕੀਤਾ ਜਾਂਦਾ ਹੈ ਅਤੇ ਜੋ ਅਲੱਗ ਅਲੱਗ ਤਰ੍ਹਾਂ ਦੇ ਜੋ ਲੰਗਰ ਹਨ ਉਹ ਵੀ ਲਗਾਏ ਜਾਂਦੇ ਹਨ। ਤੁਸੀਂ ਦੇਖ ਸਕਦੇ ਹੋ ਸੰਗਤਾਂ ਵੱਲੋਂ ਜੋ ਕਿਸ ਤਰ੍ਹਾਂ ਹੈ, ਆਉਣ ਜਾਣ ਵਾਲੀਆਂ ਸੰਗਤਾਂ ਦੇ ਸੇਵਾ ਦੇ ਵਿੱਚ ਹੈ, ਜੋ ਗੰਨੇ ਦੇ ਰਸ ਦਾ ਲੰਗਰ ਲਗਾਇਆ ਗਿਆ ਹੈ, ਕਿਸ ਤਰ੍ਹਾਂ ਵੱਡੀ ਦੀ ਗਿਣਤੀ ਦੇ ਵਿੱਚ ਹੈ ਜੋ ਸੰਗਤਾਂ ਹਨ ਗੰਨੇ ਦੇ ਰਸ ਦਾ ਜੋ ਹੈ ਸੇਵਨ ਕਰ ਰਹੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦਿਨ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਦੀ ਯਾਦ ਵਿੱਚ ਇਹ ਜੋ ਨਗਰ ਕੀਰਤਨ ਹੈ ਸਹੇੜੀ ਤੋਂ ਫਤਿਹਗੜ੍ਹ ਸਾਹਿਬ ਨੂੰ ਜਾ ਰਿਹਾ ਹੈ। ਇਹ ਹਰ ਸਾਲ ਸੰਗਤਾਂ ਇੱਥੇ ਦੂਰ ਦੂਰ ਤੋਂ ਆ ਕੇ ਜੋ ਆ ਜੁੜਦੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਛੋਟੇ ਸਾਹਿਬਜ਼ਾਦਿਆਂ ਦੀ ਜੋ ਸ਼ਹਾਦਤ ਹੋਈ ਆ ਉਸ ਦੇ ਸੰਬੰਧ ਵਿੱਚ ਨਗਰ ਸਹੇੜੀ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਤੱਕ ਜੋ ਇਹ ਨਗਰ ਕੀਰਤਨ ਜਾ ਰਿਹਾ ਹੈਗਾ, ਇਸ ਵਿੱਚ ਸਾਰੇ ਦੇਸ਼ ਵਿਦੇਸ਼ ਦੀ ਸੰਗਤ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਪਣਾ ਸੀਸ ਨਿਭਾਉਂਦੀ ਹੈ। ਸੋਨੇਹਾ ਸੋਨੇਹਾ